ਜੀ ਤੁਸੀਂ ਹਰ ਵਾਰ ਗਰੇਵਾਲ ਬ੍ਰਦਰ ਦਾ ਨਾਂ ਹੈ ਇੱਥੇ ਪੂਰੇ ਆਸਟ੍ਰੇਲੀਆ ਦੇ ਵਿੱਚ ਆਟਾ ਬਦਾਮ ਚਾਹੇ ਬੇਸਣ ਦੀ ਗੱਲ ਹੋਵੇ ਸੋ ਤੁਸੀਂ ਹਰ ਵਾਰ ਜਿੱਥੇ ਵੀ ਕੋਈ ਖੇਡ ਮੇਲਾ ਹੁੰਦਾ ਉੱਥੇ ਖਿਡਾਰੀਆਂ ਦੀ ਹੌਸਲਾ ਅਫਜਾਈ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਡਕਟ ਜਿਵੇਂ ਬਦਾਮ ਦੇ ਕੇ ਕਰਦੇ ਹੋ ਇਹ ਸੇਵਾ ਭਾਵਨਾ ਨਾਲ ਕਰਦੇ ਹੋ ਕਿੱਦਾਂ ਇਹ ਤੁਹਾਡੇ ਮਨ ਦੇ ਵਿੱਚ ਕਿੱਦਾਂ ਆਈ ਗੱਲ ਕਿ ਆਪਾਂ ਖਿਡਾਰੀਆਂ ਨੂੰ ਇੱਦਾਂ ਸਮਾਨ ਵੰਡੀਏ ਬਦਾਮ ਵੰਡੀਏ ਇਹ ਵੀਰ ਜੀ ਦੇਖੋ ਬਦਾਮ ਆ ਜੀ ਵਧੀਆ ਆਈਟਮ ਆ ਆਪਣੇ ਖਾਸ ਕਰਕੇ ਪਲੇਅਰਾਂ ਲਈ ਬਹੁਤ ਵਧੀਆ ਜੀ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਬਦਾਮ ਬਹੁਤ ਚੰਗੇ ਨੇ ਜੀ ਆਪਣੇ ਚਲੋ ਪਰਮਾਤਮਾ ਨੇ ਬਖਸ਼ਿਆ ਹੋਇਆ ਮੌਕਾ ਬਖਸ਼ਿਆ ਫਾਰਮ ਨੇ ਜੀ ਇਸ ਕਰਕੇ ਈਵਨ ਸੇਵਾ ਭਾਵਨਾ ਦੇ ਨਾਲ ਸੇਵਾ ਭਾਵਨਾ ਜੀ ਪਹਿਲਾਂ ਈਵਨ ਕਿ ਆਟੇ ਤੋਂ ਸ਼ੁਰੂ ਕਰਨ ਤੋਂ ਵੀ ਪਹਿਲਾਂ ਤੋਂ ਵੀ ਜੀ ਜੀ ਬਦਾਮ ਪਲੇਅਰਾਂ ਨੂੰ ਜ਼ਰੂਰ ਦੇ ਕੇ ਕਿਤੇ ਵੀ ਮਤਲਬ ਪੂਰੇ ਆਸਟ੍ਰੇਲੀਆ ਦੇ ਵਿੱਚ ਜਦੋਂ ਵੀ ਖੇਡ ਮੇਲਾ ਹੁੰਦਾ ਤਾਂ ਤੁਸੀਂ ਉੱਥੇ ਪਹੁੰਚ ਕੇ ਇਹਨਾਂ ਦੀ ਬਦਾਮਾਂ ਦੇ ਨਾਲ ਹੌਸਲਾ ਅਫਜਾਈ ਜ਼ਰੂਰ ਕਰਦੇ ਬੜੀ ਵਧੀਆ ਗੱਲ ਹੈ ਜੀ ਔਰ ਜਿਸ ਤਰ੍ਹਾਂ ਪੂਰੇ ਆਸਟ੍ਰੇਲੀਆ ਦੇ ਵਿੱਚ ਗਰੇਵਾਲ ਆਟਾ ਬੜਾ ਮਸ਼ਹੂਰ ਹੈ ਗਰੇਵਾਲ ਬੇਸਣ ਦੀ ਗੱਲ ਆਪਾਂ ਕਰੀਏ ਤਾਂ ਮੈਂ ਗੱਲ ਸ਼ੁਰੂ ਤੋਂ ਉੱਥੇ ਕਰੂੰਗਾ ਕਿ ਜਦੋਂ ਫਸਲਾਂ ਜਿਹੜੀਆਂ ਮੰਗਾਉਂਦੇ ਹੋ ਜਿਹੜੀਆਂ ਜਿਵੇਂ ਕਣਕ ਦੀ ਗੱਲ ਹੋ ਗਈ ਤੁਸੀਂ ਮਲਜੂਰੇ ਦੇ ਵਿੱਚ ਰਹਿੰਦੇ ਹੋ ਉੱਥੇ ਕਾਫੀ ਵੱਡੇ ਇੱਕ ਫਾਰਮ ਹੈ ਤੁਹਾਡੇ ਸੋ ਇਹੋ ਜਿਹੀਆਂ ਫਸਲਾਂ ਉਗਾਉਣ ਨੂੰ ਕਿਸ ਤਰ੍ਹਾਂ ਦਾ ਮੌਸਮ ਚਾਹੀਦਾ ਹੁੰਦਾ ਕਿਸ ਤਰ੍ਹਾਂ ਦਾ ਮਾਹੌਲ ਚਾਹੀਦਾ ਹੁੰਦਾ ਕਿਸ ਤਰ੍ਹਾਂ ਸਾਰਾ ਪ੍ਰਬੰਧ ਤੁਸੀਂ ਕਰਦੇ ਹੋ ਫਸਲਾਂ ਉਗਾਉਣ ਵਾਸਤੇ ਵੀਰ ਜੀ ਇਹ ਅਲੱਗ ਅਲੱਗ ਫਸਲਾਂ ਦਾ ਅਲੱਗ ਅਲੱਗ ਮਤਲਬ ਹੁੰਦਾ ਪਰ ਜਿਹੜਾ ਮਲਜੂਰ ਆ ਜਿੱਥੇ ਅਸੀਂ ਹੈਗੇ ਆ ਉਹ ਦਾ ਜਿਹੜਾ ਮੌਸਮ ਆ ਜੀ ਮੌਸਮ ਕਿਸੇ ਵੀ ਫਸਲ ਲਈ ਬਹੁਤ ਵਧੀਆ ਅੱਛਾ ਜੀ ਬਦਾਮਾਂ ਲਈ ਹੋਵੇ ਚਾਹੇ ਆਪਾਂ ਕਣਕ ਦੀ ਗੱਲ ਕਰ ਲਈਏ ਜੀ ਚਾਹੇ ਕਿਸੇ ਹੋਰ ਫਸਲ ਦੀ ਕਣਕ ਦਾ ਖਾਸ ਕਰਕੇ ਜੇ ਦੇਖੀਏ ਕਣਕ ਦੀ ਜਿਹੜੀ ਪੈਦਾਵਾਰ ਆ ਉਹ ਸਾਡੇ ਬਹੁਤ ਘੱਟ ਆ ਅੱਛਾ ਜੀ ਪਰ ਇਹ ਹੈਲੋ ਹੈ ਵੀ ਆਲਮੋਸਟ ਆਰਗੈਨਿਕ ਹੈ ਆਰਗੈਨਿਕ ਜੀ ਹਾਂਜੀ ਆਪਾਂ ਰਜਿਸਟਰਡ ਨਹੀਂ ਹੈ ਜੀ ਪਰ ਉਹਦੇ ਤੇ ਕੋਈ ਕੈਮੀਕਲ ਨਹੀਂ ਹੈ ਕੋਈ ਖਾਦਾਂ ਨਹੀਂ ਕੋਈ ਦਵਾਈਆਂ ਨਹੀਂ ਹੈ ਜੀ ਬਿਲਕੁਲ ਨੈਚੁਰਲ ਹੈ ਜੀ ਤੁਹਾਡਾ ਕਹਿਣ ਦਾ ਮਤਲਬ ਹੈ ਜਿਸ ਤਰ੍ਹਾਂ ਕਣਕ ਬੀਜਤੀ ਉਸ ਤੋਂ ਬਾਅਦ ਉਸ ਨੂੰ ਵੱਢਣਾ ਹੀ ਹੁੰਦਾ ਹੈ ਬਸ ਤੇ ਉਹਦਾ ਜਿਹੜਾ ਇਰੀਗੇਸ਼ਨ ਸਿਸਟਮ ਹੈ ਉਹ ਸਿਰਫ ਮੀਂਹ ਤੇ ਨਿਰਭਰ ਹੈ ਜਾਂ ਮਤਲਬ ਤੁਸੀਂ ਉਹਨੂੰ ਇਰੀਗੇਸ਼ਨ ਸਿਸਟਮ ਵੀ ਲਗਾਇਆ ਹੋਇਆ ਹਾਂਜੀ ਨਾ ਜੀ ਬਿਲਕੁਲ ਆਪਾਂ ਤਾਂ ਇਹ ਆ ਵੀ ਆਪਾਂ ਤਾਂ ਬੀਜ ਸੱਟਦੇ ਤਾਂ ਅੱਗੇ ਪਰਮਾਤਮਾ ਦੇ ਹੱਥ ਆ ਜੀ 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 ਜੋ ਕੁਛ ਉਹਨਾਂ ਨੇ ਦੇਣਾ ਜੀ ਆਪਣੇ ਕੋਲ ਉਹ ਆ ਜਾਏ ਤੇ ਬਦਾਮਾਂ ਦੇ ਮਾਮਲੇ ਦੇ ਵਿੱਚ ਤੇ ਮੱਕੀ ਦੇ ਮਾਮਲੇ ਦੇ ਵਿੱਚ ਵੀ ਇਹੀ ਗੱਲ ਹੈ ਹਾਂਜੀ ਬਦਾਮਾਂ ਦੇ ਵਿੱਚ ਬਦਾਮਾਂ ਨੂੰ ਇਰੀਗੇਸ਼ਨ ਦੀ ਲੋੜ ਆ ਜੀ ਬਦਾਮ ਜਿਹੜੇ ਸਭ ਤੋਂ ਵੱਧ ਪਾਣੀ ਕੰਜ਼ਿਊਮ ਕਰਦੇ ਆ ਵੈਸੇ ਦੇਖੀਏ ਤਾਂ ਅੱਛਾ ਜੀ ਤੇ ਉਹਦੇ ਲਈ ਇਰੀਗੇਸ਼ਨ ਸਿਸਟਮ ਬਹੁਤ ਜ਼ਰੂਰੀ ਆ ਫਿਲਟਰੇਸ਼ਨ ਸਿਸਟਮ ਆਪਾਂ ਉਹ ਸਾਰਾ ਪਾਣੀ ਤਕਰੀਬਨ ਡੇਲੀ ਲਾਉਣਾ ਪੈਂਦਾ ਗਰਮੀਆਂ ਦੇ ਵਿੱਚ ਅੱਛਾ ਜੀ ਲੇਕਿਨ ਜੋ ਮੌਸਮ ਜੇ ਵੈਦਰ ਦੇਖੀਏ ਵੈਦਰ ਜਿਹੜਾ ਇੱਕ ਬਹੁਤ ਵਧੀਆ ਸੂਟੇਬਲ ਆ ਕਿਉਂਕਿ ਧੁੱਪ ਆ ਜੀ ਤੇ ਜ਼ਿਆਦਾ ਮੀਂਹ ਦਾ ਨਹੀਂ ਹੈ ਏਰੀਆ ਸਾਡਾ ਜੋ ਹੈਗਾ ਅੱਛਾ ਜੀ ਇਰੀਗੇਸ਼ਨ ਤੇ ਡਿਪੈਂਡ ਕਰਕੇ ਸਾਨੂੰ ਬਿਮਾਰੀਆਂ ਦਾ ਸਪਰੇਆਂ ਵਗੈਰਾ ਘੱਟ ਕਰਨੀਆਂ ਪੈਂਦੀਆਂ ਹਾਂਜੀ ਜੀ ਮਨਿੰਦਰ ਜੀ ਪੂਰੇ ਆਸਟ੍ਰੇਲੀਆ ਦੇ ਵਿੱਚ ਗਰੇਵਾਲ ਆਟਾ ਬੜਾ ਮਸ਼ਹੂਰ ਹੈ ਪੂਰਾ ਨਾਂ ਹੈ ਅਕਸਰ ਮੈਂ ਪੰਜਾਬ ਦੇ ਜਿਹੜੇ ਆਪਣਾ ਗਰੋਸਰੀ ਸਟੋਰ ਨੇ ਇੱਥੇ ਆਸਟ੍ਰੇਲੀਆ ਦੇ ਵਿੱਚ ਮੈਂ ਅਕਸਰ ਲੋਕਾਂ ਨੂੰ ਉੱਥੇ ਜਾ ਕੇ ਮਿਲਿਆ ਵੀ ਹਾਂ ਜਾਂ ਕਈ ਵਾਰੀ ਆਪ ਸਮਾਨ ਲੈਣ ਜਾਈਦਾ ਤਾਂ ਪੁੱਛੀਦਾ ਉਹ ਅਕਸਰ ਗਰੇਵਾਲ ਆਟੇ ਦੀ ਡਿਮਾਂਡ ਕਰਦੇ ਹੁੰਦੇ ਨੇ ਤੁਸੀਂ ਦੱਸਿਆ ਪਹਿਲੀ ਗੱਲ ਤਾਂ ਇਹ 'ਚ ਇਹ ਔਰਗੈਨਿਕ ਹੈ ਉਹਦੇ ਵਿੱਚ ਮਤਲਬ ਇਹ ਵੀ ਅਸੀਂ ਸਿਹਤ ਪ੍ਰਤੀ ਫਾਇਦੇ ਆਪਾਂ ਚਿੰਤਾ ਕਰਾਂ ਇਸ ਕਰਕੇ ਅਸੀਂ ਉਸ ਆਟੇ ਦੀ ਡਿਮਾਂਡ ਕਰਦੇ ਹਾਂ ਔਰ ਤੁਸੀਂ ਖੁਦ ਮੈਂ ਅਗਲਾ ਸਵਾਲ ਹੀ ਮੇਰਾ ਇਹ ਸੀ ਕਿ ਜਦੋਂ ਤੁਸੀਂ ਫਸਲਾਂ ਉਗਾਉਂਦੇ ਹੋ ਉਸ ਤੋਂ ਬਾਅਦ ਤੁਸੀਂ ਜਿਹੜੀ ਪੈਕਿੰਗ ਹੈ ਜਾਂ ਉਹਦੇ ਜਿਹੜੇ ਪ੍ਰੋਡਕਟ ਹੈ ਉਹ ਕਿਹੜੇ ਕਿਹੜੇ ਪ੍ਰੋਡਕਟ ਬਣਾਉਂਦੇ ਹੋ ਅਤੇ ਕਿੱਦਾਂ ਉਹਨਾਂ ਦੀ ਪੈਕਿੰਗ ਹੁੰਦੀ ਹੈ ਹਾਂਜੀ ਅਸੀਂ ਵੀਰ ਜੀ ਪ੍ਰੋਡਕਟ ਆਪਣੇ ਮੇਨ ਜੀ ਆਟਾ ਹੋ ਗਿਆ ਜੀ ਬੇਸਣ ਜੀ ਮੱਕੀ ਦਾ ਆਟਾ ਜੀ ਬਦਾਮ ਤਾਂ ਚਲੋ ਆਪਣੇ ਹੈਗੇ ਹੀ ਨੇ ਘਰ ਦੇ ਚਲੋ ਇਹ ਤਾਂ ਅਲੱਗ ਆ ਜਿਹੜੀ ਪ੍ਰੋਸੈਸ ਅਸੀਂ ਕਰ ਰਹੇ ਹਾਂ ਇਹ ਤਿੰਨਾਂ ਚੀਜ਼ਾਂ ਦੀ ਜ਼ਿਆਦਾ ਕਰ ਰਹੇ ਹਾਂ ਅੱਛਾ ਜੀ ਮੱਕੀ ਦਾ ਆਟਾ ਕਣਕ ਦਾ ਆਟਾ ਤੇ ਬੇਸਣ ਜੀ ਔਰ ਹੈ ਬਿਲਕੁਲ ਸ਼ੁੱਧ 100% ਜੋ ਕੁਛ ਹੈ ਜੀ ਉਹਨੂੰ ਆਪਾਂ ਪ੍ਰੋਸੈਸ ਕਰਕੇ ਬੈਗ 'ਚ ਪਾ ਦੇਦਾ ਉੱਥੇ ਅਸੀਂ ਫਾਰਮ 'ਤੇ ਹੀ ਮਿਲ ਲਾ ਕੇ ਉੱਥੇ ਪੈਕ ਕਰਕੇ ਜੀ ਅੱਗੇ ਸਪਲਾਈ ਕਰਦੇ ਜੀ ਜੀ ਇਹਦੇ ਵਾਸਤੇ ਤਾਂ ਫਿਰ ਬਹੁਤ ਜ਼ਿਆਦਾ ਲੇਬਰ ਦੀ ਵੀ ਲੋੜ ਹੋਣੀ ਹੈ ਔਰ ਕਿਉਂਕਿ ਖੇਤੀ ਕਹਿੰਦੇ ਹੁੰਦੇ ਨੇ ਕਰਮਾ ਸੇਤੀ ਔਰ ਇਹਦੇ ਵਾਸਤੇ ਮਤਲਬ ਤੁਹਾਨੂੰ 24 ਘੰਟੇ ਖੇਤੀ ਕਹਿੰਦੇ ਹੁੰਦੇ ਨੇ ਬੰਦਾ ਭਾਲਦੀ ਹੈ ਆਪਣੇ ਵਿੱਚ ਫਿਰ ਹੀ ਕਿਤੇ ਜਾ ਕੇ ਉਮੜਦੀ ਹੈ ਤੁਹਾਨੂੰ ਕਿਸ ਤਰ੍ਹਾਂ ਦੀਆਂ ਮਤਲਬ ਸਮੱਸਿਆਵਾਂ ਜਾਂ ਕਿਸ ਤਰ੍ਹਾਂ ਦੀ ਮਿਹਨਤ ਕਰਨੀ ਪੈਂਦੀ ਹੈ ਇਹ ਗੱਲ ਬਿਲਕੁਲ ਸਹੀ ਹੈ ਜੀ ਜੀ ਮਿਹਨਤ ਹੁਣ ਵੀ ਮਤਲਬ ਕਾਫੀ ਕਰਨੀ ਪੈਂਦੀ ਆ ਜੀ ਪਰ ਫਿਰ ਵੀ ਜੋ ਆ ਵੀ ਜੋ ਆਸਟ੍ਰੇਲੀਆ ਦਾ ਟ੍ਰੈਂਡ ਆ ਵੀ ਜਿੰਨੀ ਵੀ ਮਤਲਬ ਜੋ ਆਪਾਂ ਲੇਬਰ ਘਟਾ ਸਕਦੇ ਹਾਂ ਜੋ ਮਕੈਨੀਕਲ ਜੋ ਮਸ਼ੀਨੀ ਕਰ ਸਕਦੇ ਹਾਂ ਜੀ ਉਨੀ ਤੋਂ ਵੱਧ ਕੋਸ਼ਿਸ਼ ਕਰੀਏ ਕਿਉਂਕਿ ਨਹੀਂ ਇੱਥੇ ਇਹ ਆ ਵੀ ਨਹੀਂ ਵਾਇਬਲ ਨਹੀਂ ਰਹਿੰਦਾ ਜੀ 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 ਤੇ ਉਸ ਕਰਕੇ ਮਤਲਬ ਹੈਗੇ ਆ ਸਟਾਫ ਹੈਗਾ ਆਪਣੇ ਕੋਲ 10-11 ਮੁੰਡੇ ਕੰਮ ਕਰਦੇ ਨੇ ਜੀ ਸਟਾਫ ਆ ਜੀ ਪਰ ਫਿਰ ਵੀ ਉਹਨੂੰ ਜੇ ਦੇਖੀਏ ਉਸ ਹੱਦ ਤੱਕ ਵੀ ਉਹਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਕਰੀ ਦੀ ਹੈ ਤਾਂ ਕਿ ਆਪਾਂ ਕੰਪੈਟੀਬਲ ਰਹਿ ਸਕੀਏ ਜੀ ਕੰਪੀਟ ਕਰ ਸਕੀਏ ਕਿਉਂਕਿ ਜੋ ਪ੍ਰੋਡਕਟ ਬਾਹਰੋਂ ਆ ਰਹੀ ਆ ਜੀ ਉਸ ਦੇ ਨਾਲ ਕੰਪੀਟ ਕਰਨ ਲਈ ਆਪਾਂ ਨੂੰ ਖਰਚੇ ਆ ਬਿਲਕੁਲ ਘਟਾਉਣੇ ਪੈਂਦੇ ਜੀ ਨਹੀਂ ਤਾਂ ਆਪਾਂ ਨੂੰ ਕੁਆਲਿਟੀ 'ਤੇ ਮਤਲਬ ਕਰਨਾ ਪੈਂਦਾ ਕੁਆਲਿਟੀ ਅਸੀਂ ਕਰ ਲੈਂਦੇ
ਜੀ ਕੁਆਲਿਟੀ ਦੇ ਵਿੱਚ ਕੋਈ ਸਮਝੌਤਾ ਨਹੀਂ ਹੁਣ ਕੁਆਲਿਟੀ ਦੇ ਨਾਲ ਕੋਈ ਸਮਝੌਤਾ ਨਹੀਂ ਹੈਗਾ ਜੀ ਚਾਹੇ ਉਹਦੇ 'ਚ ਕੁਛ ਬਚਦਾ ਚਾਹੇ ਨਹੀਂ ਬਚਦਾ ਸਾਡਾ ਇਹੀ ਹਮੇਸ਼ਾ ਹੀ ਇਹੀ ਰਹਿੰਦਾ ਜੀ ਜੋ ਪ੍ਰੋਡਕਟ ਆ ਪ੍ਰੋਡਕਟ ਵਧੀਆ ਕਿ ਜੋ ਲੋਕਾਂ ਨੂੰ ਦਿੱਤਾ ਜਾਵੇ ਸ਼ੁੱਧ ਦਿੱਤਾ ਜਾਵੇ ਇਸੇ ਮੈਂ ਸਮਝਦਾ ਇਹੀ ਕਾਰਨ ਹੈ ਕਿ ਗਰੇਵਾਲ ਆਟਾ ਪੂਰੇ ਆਸਟ੍ਰੇਲੀਆ ਦੇ ਵਿੱਚ ਮਸ਼ਹੂਰ ਹੈ ਹਾਂਜੀ ਵੀਰ ਜੀ ਬਾਕੀ ਮਿਹਨਤ ਕਰ ਰਹੇ ਹਾਂ ਹਾਲੇ ਵੀ ਪੂਰੀ ਸਖ਼ਤ ਮਿਹਨਤ ਮਤਲਬ ਅਸੀਂ ਖੁਦ ਵੀ ਰੋਜ਼ 10-12 ਘੰਟੇ ਕੰਮ ਕਰਕੇ ਜੀ ਮਿਹਨਤ ਕਰਕੇ ਜੀ ਉਹਨੂੰ ਜੋ ਕੁਛ ਵੀ ਆਪਾਂ ਕਰਨਾ ਕਰ ਰਹੇ ਹਾਂ ਜੋ ਵੀ ਪੈਦਾਵਾਰ ਆਪਾਂ ਮਾਰਕੀਟ ਦੇ ਵਿੱਚ ਲੈ ਕੇ ਆਉਂਦੇ ਹਾਂ ਪ੍ਰੋਡਕਟ ਜੀ ਉਸ ਦੀ ਕੁਆਲਿਟੀ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਸਾਨੂੰ ਚਾਹੇ ਕੰਮ ਹੋਰ ਵੱਧ ਕਰਨਾ ਪੈ ਜਾਵੇ ਉਹ ਅਸੀਂ ਕਰ ਰਹੇ ਹਾਂ ਜੀ ਸਮਝਣ ਦੀ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਹੋਈਆਂ ਖੇਤੀ ਬਾਰੇ ਹੋਈਆਂ ਕਿਉਂਕਿ ਜਿਹੜੇ ਸ਼ਹਿਰਾਂ ਦੇ ਵਿੱਚ ਅਸੀਂ ਲੋਕ ਰਹਿੰਦੇ ਹਾਂ ਆਸਟ੍ਰੇਲੀਆ ਦੇ ਵਿੱਚ ਵੈਸੇ ਬੇਸ਼ੱਕ ਅਸੀਂ ਪੰਜਾਬ ਤੋਂ ਹਾਂ ਲੇਕਿਨ ਸਾਨੂੰ ਪਤਾ ਨਹੀਂ ਹੁੰਦਾ ਕਿ ਕਿੱਦਾਂ ਖੇਤੀ ਹੁੰਦੀ ਹੈ ਸਾਨੂੰ ਤਾਂ ਢੋਲੀਆਂ ਦੇ ਵਿੱਚ ਦੁੱਧ ਮਿਲ ਜਾਂਦਾ ਪੈਕ ਕੀਤਾ ਹੋਇਆ ਆਟਾ ਮਿਲ ਜਾਂਦਾ ਔਰ ਤੁਸੀਂ ਉਹਦੇ ਬਾਰੇ ਬੜੇ ਵਿਸਤਾਰ ਦੇ ਵਿੱਚ ਦੱਸਿਆ ਕਿ ਸਾਨੂੰ ਕਿਸ ਤਰ੍ਹਾਂ ਮਤਲਬ ਤੁਸੀਂ ਕਿੰਨੀ ਮਿਹਨਤ ਕਰਕੇ ਕਿੰਨੀ ਲੇਬਰ ਲਾ ਕੇ ਜਿਹੜੇ ਪ੍ਰੋਡਕਟ ਪੈਦਾ ਕਰਦੇ ਹੋ ਸੋ ਇਹਦੇ ਵਿੱਚ ਆਮ ਜਦੋਂ ਕੋਈ ਵੀ ਪੰਜਾਬ ਤੋਂ ਬੰਦਾ ਆਉਂਦਾ ਸਵਾਲ ਮੇਰਾ ਅੱਗੇ ਸ਼ੁਰੂ ਹੋਣਾ ਕਿ ਜਦੋਂ ਕੋਈ ਬੰਦਾ ਪੰਜਾਬ ਤੋਂ ਵਿੱਚ ਆਉਂਦਾ ਤਾਂ ਉਹਦੀ ਕਿਉਰਿਓਸਿਟੀ ਹੁੰਦੀ ਹੈ ਕਿ ਅਸੀਂ ਖੇਤੀਬਾੜੀ ਦੇ ਵਿੱਚ ਮਤਲਬ ਦੇਖੀਏ ਜਾਂ ਅਸੀਂ ਇਸ ਕੰਮ ਇਸ ਫੀਲਡ ਦੇ ਵਿੱਚ ਕਾਮਯਾਬ ਹੋਈਏ ਖਾਸ ਕਰਕੇ ਸਾਡੇ ਜਿਹੜੇ ਜ਼ਿਮੀਂਦਾਰ ਭਰਾ ਸੋ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਮੈਨੂੰ ਇਹ ਵੀ ਪਤਾ ਕਿ ਤੁਸੀਂ ਪਹਿਲਾਂ ਨਿਊਜ਼ੀਲੈਂਡ ਦੇ ਵਿੱਚ ਸਥਾਪਿਤ ਹੋਏ ਸੀ ਉਸ ਤੋਂ ਬਾਅਦ ਫਿਰ ਇੱਥੇ ਆਸਟ੍ਰੇਲੀਆ ਦੇ ਵਿੱਚ ਆ ਗਏ ਸੋ ਨਿਊਜ਼ੀਲੈਂਡ ਤੋਂ ਲੈ ਕੇ ਆਸਟ੍ਰੇਲੀਆ ਤੱਕ ਦਾ ਸਫ਼ਰ ਕਿੱਦਾਂ ਦਾ ਰਿਹਾ ਜਾਂ ਨਿਊਜ਼ੀਲੈਂਡ ਕਿਉਂ ਛੱਡਣਾ ਪਿਆ ਉੱਥੇ ਕੋਈ ਫਸਲ ਉਗਾਉਣ ਦੇ ਵਿੱਚ ਪਰੇਸ਼ਾਨੀ ਆ ਰਹੀ ਸੀ ਜਾਂ ਫਿਰ ਤੁਹਾਨੂੰ ਇੱਥੇ ਵਧੀਆ ਖੁਸ਼ਗਵਾਰ ਮਾਹੌਲ ਮਿਲਿਆ ਮੇਨ ਰੀਜ਼ਨ ਸਾਡਾ ਇਹੀ ਹੈ ਵੀ ਜੋ ਆਪਣਾ ਪੁਰਖੀ ਧੰਦਾ ਜੀ ਖੇਤੀ ਦਾ ਜੀ ਉਹ ਸਾਨੂੰ ਉੱਥੇ ਸਹੀ ਨਹੀਂ ਸੀ ਲੱਗ ਰਿਹਾ ਮਤਲਬ ਜੋ ਅਸੀਂ ਕਰਨਾ ਚਾਹੁੰਦੇ ਸੀ ਅੱਛਾ ਜੀ ਅਸੀਂ ਬਾਕੀ ਕੰਮ ਕਾਰ ਛੱਡ ਕੇ ਉੱਥੇ ਰੈਸਟੋਰੈਂਟ ਵੀ ਕਰਿਆ ਜੀ ਟੈਕਸੀ ਵੀ ਚਲਾਈ ਆ ਜੀ ਬਾਕੀ ਕੰਮ ਧੰਦੇ ਵੀ ਕੀਤੇ ਆ ਜੀ ਪਰ ਜੋ ਅਸੀਂ ਆਪਾਂ ਖੇਤੀ ਦਾ ਕੰਮ ਕਰਨਾ ਚਾਹੁੰਦੇ ਵੀ ਮਤਲਬ ਜੋ ਆਪਣੇ ਖੂਨ ਦੇ ਵਿੱਚ ਆ ਉਹ ਉੱਥੇ ਥੋੜ੍ਹਾ ਜਿਹਾ ਸਾਨੂੰ ਲੱਗਦਾ ਸੀ ਵੀ ਉੱਥੇ ਅਸੀਂ ਨਹੀਂ ਕਾਮਯਾਬ ਹੋ ਸਕਦੇ ਉੱਥੇ ਚਲੋ ਬਹੁਤ ਛੋਟਾ ਕੰਟਰੀ ਆ ਜੀ ਔਰ ਉਹਦੇ ਕਾਫੀ ਸਮੱਸਿਆਵਾਂ ਨੇ ਵੈਦਰ ਨਹੀਂ ਸੂਟ ਕਰਿਆ ਇੱਥੇ ਜਿਹੜਾ ਸਾਨੂੰ ਵੈਦਰ ਬਹੁਤ ਸੂਟ ਕੀਤਾ ਜੀ ਔਰ ਫਸਲ ਲਈ ਤਾਂ ਮੈਂ ਸਮਝਦਾ ਸਭ ਨੂੰ ਵੱਡਾ ਜਿਹੜਾ ਫੈਕਟਰ ਵੈਦਰ ਦਾ ਜੀ ਵੈਦਰ ਦਾ ਬਿਲਕੁਲ ਜੀ ਔਰ ਤੁਸੀਂ ਮਜ਼ਦੂਰਾਂ ਨੂੰ ਵੀ ਇਸੇ ਕਰਕੇ ਚੁਣਿਆ ਸੀ ਹਾਂਜੀ ਕੁਛ ਚਲੋ ਫੈਮਿਲੀ ਰਿਲੇਸ਼ਨ ਵੀ ਸੀਗੇ ਜੀ ਰੈਨਮਾਰਕ ਦੇ ਸਾਡੇ ਮਾਮਾ ਜੀ ਪੁਰਾਣੇ ਰੈਨਮਾਰਕ 'ਚ ਰਹਿ ਰਹੇ ਸੀਗੇ ਉਹਦੇ ਕਰਕੇ ਪਹਿਲਾਂ ਰੈਨਮਾਰਕ ਆਏ ਰੈਨਮਾਰਕ ਤੋਂ ਚਲੋ ਅੱਗੇ ਗਰੋ ਕਰਨਾ ਚਾਹਿਆ ਵੀ ਜੋ ਪਹਿਲੇ ਸੀਗਾ ਲਿਆ ਕੇ ਓਰਿਜਨਲੀ ਉਸ ਤੋਂ ਬਾਅਦ ਅਸੀਂ ਵੱਡੀ ਪ੍ਰੋਪਰਟੀ ਖਰੀਦੀ ਹੈ ਜਿਹੜੀ ਉਸ ਮਤਲਬ ਇਸ ਮਜ਼ਦੂਰੇ ਚਲੇ ਗਏ ਪੈਸੇ ਪੈਸਾ ਇਹਨਾਂ ਦੋਨਾਂ ਦਾ ਕੋਈ ਫਰਕ ਮਨਜਿੰਦਰ ਜੀ ਬਹੁਤ ਸਾਰੀਆਂ ਗੱਲਾਂ ਤੁਸੀਂ ਦੱਸੀਆਂ ਖੇਤੀਬਾੜੀ ਬਾਰੇ ਬੜੇ ਕਿਉਂਕਿ ਤੁਸੀਂ ਬਹੁਤ ਲੰਬੇ ਸਮੇਂ ਤੋਂ ਇਸ ਕਿੱਤੇ ਦੇ ਵਿੱਚ ਪਏ ਹੋ ਤੁਹਾਡੇ ਬੜੇ ਤਜਰਬੇ ਨੇ ਅਤੇ ਇਹਦੇ ਵਿੱਚ ਜਿਹੜੀ ਮੈਂ ਅਸਲ ਤੁਹਾਨੂੰ ਗੱਲ ਪੁੱਛਣਾ ਚਾਹੁੰਦਾ ਸੀ ਉਹ ਇਹ ਸੀ ਕਿ ਤੁਸੀਂ ਭਵਿੱਖ ਦੇ ਵਿੱਚ ਇਸ ਕਿੱਤੇ ਨੂੰ ਵੈਸੇ ਤਾਂ ਤੁਹਾਡਾ ਬਹੁਤ ਵੱਡਾ ਫਾਰਮ ਹੈ ਮੈਨੂੰ ਪਤਾ ਹੈ ਕਿ ਤੁਸੀਂ ਬਹੁਤ ਵੱਡੇ ਪੱਧਰ 'ਤੇ ਜਿਹੜੇ ਹੈਫੜ ਪ੍ਰੋਡਿਊਸ ਕਰਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਹੋਰ ਕੀ ਯੋਜਨਾਵਾਂ ਨੇ ਕਿ ਇਸ ਕਿੱਤੇ ਨੂੰ ਹੋਰ ਅੱਗੇ ਵਧਾਇਆ ਜਾਵੇ ਕਿਤੇ ਹੋਰ ਵੀ ਫਾਰਮ ਵਗੈਰਾ ਲੈ ਰਹੇ ਹੋ ਜਾਂ ਇਹਦੇ ਵਿੱਚ ਕੋਈ ਨਵੇਂ ਤਜਰਬੇ ਵੀ ਕਰ ਰਹੇ ਹੋ ਖੇਤੀਬਾੜੀ ਦੇ ਵਿੱਚ ਨਹੀਂ ਜੀ ਹੋਰ ਤਾਂ ਹਜੇ ਨਾ ਕੋਈ ਲੈਣ ਦਾ ਪ੍ਰੋਗਰਾਮ ਆ ਜੀ ਨਾ ਪ੍ਰੋਪਰਟੀ ਖਰੀਦਣ ਦਾ ਹਾਂ ਅੱਗੇ ਐਕਸਪੈਂਸ਼ਨ ਜ਼ਰੂਰ ਕਰ ਰਹੇ ਹਾਂ ਜੋ ਬਦਾਮ ਹੋਰ ਅੱਗੇ ਜੀ ਜੀ ਮੋਸਟਲੀ ਖਾਸ ਕਰਕੇ ਬਦਾਮਾਂ ਦੀ ਅੱਛਾ ਜੀ ਕਿਉਂਕਿ ਲੈਂਡ ਆਪਣੇ ਕੋਲ ਪਈ ਆ ਖੁੱਲ੍ਹੀ ਆ ਜੀ ਅਤੇ ਉਹਨੂੰ ਜਿਉਂ ਜਿਉਂ ਵੀ ਲੱਗ ਰਿਹਾ ਮੌਕਾ ਜੀ ਉਸ ਤਰ੍ਹਾਂ ਅੱਗੇ ਐਕਸਪੈਂਸ਼ਨ ਜਿੱਦਾਂ ਇਸ ਸਾਲ ਆਪਾਂ 250 ਏਕੜ ਹੋਰ ਪਲਾਂਟ ਕੀਤਾ ਪਿਛਲੇ ਸਾਲ ਜੀ ਜੀ ਅੱਗੇ ਫਿਊਚਰ ਵਿੱਚ ਜਿਸ ਤਰ੍ਹਾਂ ਵੀ ਟਾਈਮ ਲੱਗੂਗਾ ਜੋ ਵੀ ਪਰਮਾਤਮਾ ਮੌਕਾ ਦੇਊਗਾ ਇਸ ਤਰ੍ਹਾਂ ਪਲਾਂਟ ਜਿਹੜੀਆਂ ਬਾਕੀ ਲੌਂਗ ਟਰਮ ਪਲਾਨ ਅਸੀਂ ਕਦੇ ਕੀਤੀ ਨਹੀਂ ਜਿੱਧਰ ਨੂੰ ਵਾਹਿਗੁਰੂ ਲੈ ਕੇ ਜਾਂਦਾ ਉਹ ਕਰੂਗਾ ਰੱਬ ਤੇ ਡੋਰਾ ਕਿਉਂਕਿ ਖੇਤੀਬਾੜੀ ਤਾਂ ਡੋਰਾ ਹੀ ਰੱਬ ਤੇ ਹੁੰਦੀ ਆਪਾਂ ਪਹਿਲਾਂ ਮੌਸਮ ਦੀ ਗੱਲ ਕਰਕੇ ਹਟੇ ਹਾਂ ਲੇਕਿਨ ਆਪਾਂ ਵਿੱਚੋਂ ਇੱਕ ਗੱਲ ਵਿੱਚੋਂ ਗੱਲ ਹੋਰ ਨਿਕਲੇ ਜੀ ਤੁਸੀਂ ਕੁਐਸਚਨ ਇਹ ਹੈ ਕਿ ਤੁਸੀਂ ਕਣਕ ਦੀ ਜ਼ਿਆਦਾ ਪੈਦਾਵਾਰ ਕਰਦੇ ਹੋ ਜਾਂ ਫਿਰ ਮੱਕੀ ਦੀ ਜਾਂ ਫਿਰ ਬਦਾਮਾਂ ਦੀ ਕਿਹੜੇ ਕਿਉਂਕਿ ਬਦਾਮ ਅਕਸਰ ਮਹਿੰਗੇ ਵਿਕਦੇ ਨੇ ਸੋ ਤੁਹਾਨੂੰ ਲੱਗਦਾ ਕਿ ਜੇ ਬਦਾਮ ਜ਼ਿਆਦਾ ਮਾਤਰਾ ਵਿੱਚ ਆਪਾਂ ਪੈਦਾਵਾਰ ਕਰੀਏ ਤਾਂ ਉਹਦੇ ਵਿੱਚ ਸਾਨੂੰ ਜ਼ਿਆਦਾ ਫਾਇਦਾ ਹੋਊਗਾ ਅਤੇ ਕਣਕ ਬੀਜਣੀ ਕਿਤੇ ਛੱਡ ਹੀ ਜਾਊਗਾ ਇੱਦਾਂ ਦੇ ਤਾਂ ਨਹੀਂ ਕੋਈ ਪ੍ਰਾਣ ਨਹੀਂ ਜੀ ਵਾਹਿਗੁਰੂ ਨੇ ਜ਼ਮੀਨ ਦਿੱਤੀ ਆ ਹੁਣ ਇਸ ਟਾਈਮ 'ਤੇ ਚਲੋ ਜ਼ਿਆਦਾ ਤੰਡਰ ਕਣਕ ਆ ਜੀ ਪਰ ਜਿਹੜੀ ਬਦਾਮਾਂ ਦੀ ਐਕਸਪੈਂਸ਼ਨ ਆ ਉਹਦੇ ਨਾਲ ਜਿੱਦਾਂ ਬਦਾਮ ਜੀ ਜ਼ਿਆਦਾ ਹੋ ਰਹੇ ਨੇ ਜੀ ਜੀ ਅਤੇ ਕਣਕ ਘੱਟਦੀ ਹੈ ਪਰ ਫਿਰ ਵੀ ਇਹ ਨਹੀਂ ਹੋਊਗਾ ਵੀ ਕਣਕ ਬੰਦ ਨਹੀਂ ਕਰਾਂਗੇ ਜੀ 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 ਹਾਂਜੀ
ਮਨਜਿੰਦਰ ਸਿੰਘ ਜੀ, ਤੁਸੀਂ ਮੇਲੇ ਦੇ ਵਿੱਚ ਆਏ, ਤੁਸੀਂ ਦੱਸਿਆ ਕਿ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਔਰ ਤੁਸੀਂ ਆਨੰਦ ਵੀ ਮਾਣ ਰਹੇ ਹੋ। ਮੇਰਾ ਕੁਐਸਚਨ ਜਿਹੜਾ ਆਖਰੀ ਇਹ ਸੀ ਤੁਹਾਨੂੰ ਕਿ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਜ਼ਿਮੀਦਾਰ ਭਰਾ ਆਉਂਦੇ ਨੇ, ਨਵੇਂ ਮੁੰਡੇ ਵੀ ਆਉਂਦੇ ਨੇ ਔਰ ਬਹੁਤ ਸਾਰੇ ਲੇਬਰ ਆਪਣੇ ਸ਼ਹਿਰਾਂ ਦੇ ਵਿੱਚੋਂ ਵੀ ਤੁਹਾਨੂੰ ਮਿਲਦੀ ਹੈ ਜਿਹੜੇ ਕੰਮ ਕਰਨ ਜਾਂਦੇ ਨੇ ਛੁੱਟੀਆਂ ਦੇ ਵਿੱਚ, ਔਰ ਉਹਨਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਹੁੰਦਾ ਕਿ ਯਾਰ ਜੇ ਗਰੇਵਾਲ ਬ੍ਰਦਰਸ ਸੈੱਟ ਹੋ ਸਕਦੇ ਨੇ, ਖੇਤੀਬਾੜੀ ਦੇ ਧੰਦੇ ਦੇ ਵਿੱਚ ਸਥਾਪਿਤ ਹੋ ਸਕਦੇ, ਅਸੀਂ ਕਿਉਂ ਨਹੀਂ ਹੋ ਸਕਦੇ। ਸੋ ਜਾਂ ਜਿਹੜੇ ਪੰਜਾਬ ਬੈਠੇ ਨੇ ਉਹ ਜੋ ਪੱਕੇ ਤੌਰ ਤੇ ਇੱਥੇ ਆਉਂਦੇ ਨੇ, ਉਹਨਾਂ ਦਾ ਵੀ ਮਨ ਕਰਦਾ, ਖਾਸ ਕਰਕੇ ਜਿਹੜੇ ਜ਼ਿਮੀਦਾਰ ਭਰਾ ਨੇ ਕਿ ਅਸੀਂ ਯਾਰ ਅਸੀਂ ਇੱਥੇ ਖੇਤੀਬਾੜੀ ਦਾ ਧੰਦਾ ਕਰਦੇ ਹਾਂ, ਆਸਟ੍ਰੇਲੀਆ ਦੇ ਵਿੱਚ ਜਾ ਕੇ ਵੀ ਅਸੀਂ ਖੇਤੀਬਾੜੀ ਦੇ ਧੰਦੇ ਵਿੱਚ ਕਾਮਯਾਬ ਹੋਈਏ। ਸੋ ਜੇ ਕੋਈ ਬੰਦਾ ਇੱਦਾਂ ਦਾ ਇੱਥੇ ਆ ਕੇ ਖੇਤੀਬਾੜੀ ਦੇ ਧੰਦੇ ਵਿੱਚ ਸਥਾਪਿਤ ਹੋਣਾ ਚਾਹੁੰਦਾ, ਉਹਨੂੰ ਕੀ ਕਰਨਾ ਚਾਹੀਦਾ, ਫਿਰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਉਹਨੂੰ ਸਾਹਮਣਾ ਕਰਨਾ ਪਵੇਗਾ, ਜਾਂ ਉਹਨੂੰ ਵਾਸਤੇ ਕੋਈ ਉਹਨੂੰ ਕੋਰਸ ਵਗੈਰਾ ਵੀ ਕਰਨਾ ਪਏਗਾ? ਹਾਂਜੀ, ਇੱਥੇ ਦੀ ਜੋ ਖੇਤੀਬਾੜੀ ਹੈ ਇਹਦੇ ਨਾਲ ਟਾਈਮ ਟੂ ਟਾਈਮ ਕੋਰਸਿਸ ਤਾਂ ਜ਼ਰੂਰੀ ਨੇ। ਅੱਛਾ ਜੀ, ਉਹ ਚੱਲਦੇ ਹੀ ਰਹਿਣੇ ਆ, ਪਰ ਜਿਹੜਾ ਸਿੱਖਣਾ ਪੈਣਾ, ਸਿੱਖਣਾ ਹੀ ਪੈਣਾ ਜੀ ਨਾਲ, ਪਰ ਜਿਹੜਾ ਸ਼ੁਰੂਆਤ ਰੱਖੀਏ ਜੀ, ਸ਼ੁਰੂਆਤ ਤਾਂ ਮੈਂ ਤਾਂ ਇਹ ਕਹੂੰਗਾ ਜੀ, ਦੇਖੋ ਜੀ ਮਿਹਨਤ ਆ ਜੀ, ਮਿਹਨਤ ਕਰਕੇ ਆਪਾਂ ਪੰਜਾਬੀ ਸਾਰੇ ਹੀ, ਮਤਲਬ ਸਭ ਨੂੰ ਪਤਾ ਹੀ ਆ ਪੰਜਾਬੀ ਮਿਹਨਤੀ ਨੇ, ਬਿਲਕੁਲ ਜੀ, ਮਿਹਨਤ ਕਰਕੇ ਕੋਈ ਵੀ ਆ ਉਹ ਕਾਮਯਾਬ ਹੋ ਸਕਦਾ, ਇੰਡੀਆ ਦੀ ਕੋਈ ਗੱਲ ਨਹੀਂ ਹੈ। ਹਾਂ, ਇੰਡੀਆ ਨਾਲੋਂ ਥੋੜ੍ਹਾ ਡਿਫਰੈਂਟ ਆ, ਉੱਥੇ ਨਾਲੋਂ ਕਾਫੀ ਫਰਕ ਪੈ ਜਾਂਦਾ ਵੀ ਚਲੋ ਉੱਥੇ ਆਪਣੀਆਂ ਪ੍ਰਾਈਸਾਂ ਸੈੱਟ ਨੇ, ਹਾਂਜੀ ਹਾਂਜੀ, ਆਹ ਆਪਾਂ ਨੂੰ ਮਿਲਣਾ ਹੀ ਮਿਲਣਾ ਜੀ ਜੀ। ਇੱਥੇ ਥੋੜ੍ਹਾ ਜਿਹਾ ਇਸ ਤਰ੍ਹਾਂ ਹੋ ਜਾਂਦਾ ਵੀ ਕਈ ਵਾਰੀ ਇਹ ਮਾਰਕ ਸਪਲਾਈ ਐਂਡ ਡਿਮਾਂਡ ਜਾਂ ਇੰਟਰਨੈਸ਼ਨਲ ਲੈਵਲ ਦੀ ਪ੍ਰਾਈਸ ਆ ਉਹ ਵੱਧਦੀ ਘੱਟਦੀ ਰਹਿੰਦੀ ਆ, ਟਾਈਮ ਵੀ ਔਖਾ ਆਉਂਦਾ ਰਹਿੰਦਾ ਜੀ, ਸੌਖਾ ਵੀ ਹੁੰਦਾ, ਪ੍ਰੋਪਰਟੀ ਦੀ ਕੀਮਤ ਵੀ ਸੇਮ ਟਾਈਮ ਤੇ ਅਪ ਐਂਡ ਡਾਊਨ ਹੁੰਦੀ ਹੈ। ਜਿਹੜਾ ਮਤਲਬ ਮੇਰੀ ਤਾਂ ਇਹੀ ਹੈ ਜੀ, ਜੋ ਕੋਈ ਆਪਣਾ ਸੱਜਣ ਮਿੱਤਰ ਜਾਂ ਵੀਰ ਆਉਣਾ ਚਾਹੁੰਦਾ ਜੀ, ਚਲੋ ਆ ਜੇ, ਮੂਵ ਹੋ ਕੇ ਪਹਿਲਾਂ ਕੰਮ ਕਰਕੇ ਨਾਲ ਸਿੱਖੇ ਸਿੱਖੇ ਜੀ, ਸਿੱਖ ਕੇ ਜੇ ਆਪਾਂ ਕਿਸੇ ਕੰਮ ਨੂੰ ਵੀ ਕਰਾਂਗੇ ਉਹਨੂੰ ਆਪਣਾ ਨੌਲੇਜ ਹੋਰ ਹੋ ਜਾਂਦੀ ਆ ਜੀ ਜੀ ਜੀ, ਤੇ ਜੇ ਆਪਾਂ ਬਿਨਾਂ ਹੀ ਜਾ ਕੇ ਬਿਲਕੁਲ ਕਰ ਲੈਂਦੇ ਹਾਂ ਉੱਥੇ ਪਰੇਸ਼ਾਨੀਆਂ ਦਾ ਸਾਹਮਣਾ। ਹਾਂਜੀ, ਸੋ ਬਹੁਤ ਬਹੁਤ ਸ਼ੁਕਰੀਆ ਮਨਜਿੰਦਰ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਔਰ ਬੜੀ ਸੋਹਣੀ ਜਾਣਕਾਰੀ ਦਿੱਤੀ, ਸਾਡੀ ਰੱਬ ਅੱਗੇ ਦੁਆ ਹੈ ਕਿ ਤੁਸੀਂ ਹੋਰ ਦਿਨ ਦੁੱਗਣੀ ਚਾਰ ਚੌਗਣੀ ਤਰੱਕੀ ਜਿਹਨੂੰ ਕਹਿੰਦੇ ਆ ਕਰੋ, ਔਰ ਹਮੇਸ਼ਾ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਮਿਹਨਤ ਦੇ ਜ਼ਰੀਏ ਤੁਸੀਂ ਇੱਕ ਜ਼ਿੰਦਗੀ ਨੂੰ ਚਿਹਰੇ ਦੇ ਤੌਰ 'ਤੇ ਲਿਆ ਔਰ ਤੁਸੀਂ ਮਿਸਾਲ ਬਣੇ ਲੋਕਾਂ ਲਈ ਕਿ ਜੇ ਅਸੀਂ ਮਿਹਨਤ ਕਰੀਏ ਤਾਂ ਸਾਡੇ ਵਾਸਤੇ ਕੋਈ ਵੀ ਕੰਮ ਹੈ ਜਿਹੜਾ ਉਹ ਮੁਸ਼ਕਲ ਨਹੀਂ ਹੈ, ਬਲਕਿ ਸਾਡਾ ਮੌਸਮ ਸਾਥ ਦੇਵੇ, ਵਾਹਿਗੁਰੂ 'ਤੇ ਅਸੀਂ ਭਰੋਸਾ ਰੱਖੀਏ। ਸੋ ਪਰਥ ਵਿੱਚ ਆਏ, ਗੇਮਾਂ ਦੇ ਵਿੱਚ ਤੁਸੀਂ, ਮੈਨੂੰ ਪਤਾ ਕਿ ਕਬੱਡੀ ਦੇ ਮੈਚ ਹੋ ਰਹੇ, ਉਸ ਤੋਂ ਬਾਅਦ ਬਦਾਮਾਂ ਮਤਲਬ ਵੰਡਣੇ ਆ ਤੁਸੀਂ ਉਹਨਾਂ ਨੂੰ, ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਇੱਕ ਵਾਰ ਫਿਰ ਤੁਹਾਨੂੰ ਪਰਥ ਵਿੱਚ ਜੀ ਧੰਨਵਾਦ ਜੀ। ਤਾਂ ਇਹ ਕਹਿੰਦੇ ਵੀ ਪਰਮਾਤਮਾ ਸਭ ਨੂੰ ਮੌਕਾ ਦਿੰਦਾ ਰਹੇ ਜੀ ਗਰੋ ਹੋਣ ਦਾ, ਦੇਖੋ ਆਪਾਂ ਆਸਟ੍ਰੇਲੀਆ ਆਉਂਦੇ ਹਾਂ, ਨਵੀਂ ਧਰਤੀ ਆ, ਟਾਈਮ ਟੂ ਟਾਈਮ ਜਾਂ ਔਖਾ ਹੁੰਦਾ ਸੌਖਾ ਹੁੰਦਾ ਜੋ ਵੀ ਹੈ, ਜੋ ਟਾਈਮ ਦੇ ਹਿਸਾਬ ਨਾਲ ਜੋ ਸੱਜਿਤ ਸਮਾਂ ਤੋਰ ਰਿਹਾ ਉਹਦੇ ਨਾਲ ਦੀ ਨਾਲ ਨਾਲ ਚੱਲੀ ਚੱਲੋ ਜੀ, ਕਾਮਯਾਬ ਤਾਂ ਹੋ ਹੀ ਜਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ।